ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਨਿੰਦਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਪੇਂਡੂ ਟੀਵੀ। ਸਾਡੇ ਚੈਨਲ 'ਤੇ ਹਮੇਸ਼ਾ ਕੋਸ਼ਿਸ਼ ਹੁੰਦੀ ਸਾਡੀ ਵੀ ਤੁਹਾਨੂੰ ਕੋਈ ਵੱਖਰੀ ਸ਼ਖਸੀਅਤ ਨਾਲ ਪੇਸ਼ ਕੀਤੀ ਹੈ ਤੁਹਾਡੇ ਸਾਹਮਣੇ, ਅਤੇ ਅਸੀਂ ਸਿੰਗਰਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਿੰਦੇ ਹਾਂ, ਕਿਸੇ ਥੀਏਟਰ ਦੇ ਆਰਟਿਸਟ ਨਾਲ ਮੁਲਾਕਾਤ ਕਰਵਾਉਂਦੇ ਰਹਿੰਦੇ ਹਾਂ, ਕਿਸੇ ਐਕਟਰ ਨਾਲ ਮੁਲਾਕਾਤ ਕਰਵਾਉਂਦੇ ਹਾਂ, ਜਾਂ ਇਹੋ ਜਿਹੇ ਕਿਸੇ ਕੋਲ ਜਨੀਕ ਚੀਜ਼ ਆ ਉਹਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ। ਅਤੇ ਅੱਜ ਸਾਡੇ ਨਾਲ ਮੌਜੂਦ ਨੇ ਭੰਗੜਾ ਦੇ ਕੋਚ, ਪੰਜਾਬੀ ਭੰਗੜਾ, ਜਿਹੜਾ ਭੰਗੜਾ ਪੰਜਾਬ ਵਿੱਚ ਪਹਿਲੇ ਨੰਬਰ 'ਤੇ ਆਉਂਦਾ, ਭੰਗੜਾ ਪੰਜਾਬੀਆਂ ਦੀ ਸ਼ਾਨ ਹੈ, ਸ਼ਾਨ ਮੰਨਿਆ ਜਾਂਦਾ, ਉਹ ਭੰਗੜੇ ਦੇ ਕੋਚ ਨੇ ਅਤੇ ਚੰਡੀਗੜ੍ਹ ਵਿੱਚ ਰਹਿੰਦੇ ਨੇ ਪੀਟਰ ਸੋਢੀ ਜੀ। ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਦੀ ਭੰਗੜੇ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ, ਉਹਨਾਂ ਸਫ਼ਰ ਬਾਰੇ ਜਾਣਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੇਂਡੂ ਟੀਵੀਆਂ ਦਾ ਮਿਹਰਬਾਨੀ ਉਹਨਾਂ ਦੀ ਜਿਹੜੀ ਇਹ ਸਰ ਗੱਲਬਾਤ ਕਰਦੇ ਆ ਤੁਹਾਡੀ, ਤੁਸੀਂ ਨੇ ਭੰਗੜੇ ਦੀ ਸ਼ੁਰੂਆਤ ਕਦੋਂ ਕੀਤੀ, ਵੀ ਹੁਣ ਤੱਕ ਭੰਗੜਾ ਪਾ ਰਿਹਾ, ਤੁਹਾਡੀ ਉਮਰ ਵੀ ਕਾਫੀ ਹੋ ਗਈ ਲੱਗਦੀ ਮੈਨੂੰ। ਹਾਂਜੀ, ਇਹ ਸਭ ਭੰਗੜੇ ਦਿਨ, ਭੰਗੜਾ ਜਿਹੜਾ ਹਮੇਸ਼ਾ ਫਿੱਟ ਰੱਖਦਾ, ਕੋਈ ਦਵਾਈ ਲੈਣ ਦੀ ਲੋੜ ਨਹੀਂ, ਪਾ ਰਹੇ ਹਾਂ ਪਵਾ ਰਹੇ। ਸਰ ਹੁਣ ਤੱਕ ਫਿਰ ਕਿੱਥੇ ਕਿੱਥੇ ਤੁਸੀਂ ਘੁੰਮਿਆ ਭੰਗੜੇ ਦੇ ਸਿਰ 'ਤੇ? ਭੰਗੜਾ ਤਾਂ ਬਾਹਰਲੇ ਮੁਲਕਾਂ ਵਿੱਚ ਸ਼ਹਿਰ ਕਰਵਾ ਦਿੰਦਾ, ਸਾਰੀਆਂ ਕੰਟਰੀਆਂ ਘੁਮਾ ਦਿੰਦਾ ਭੰਗੜਾ। ਮੈਂ ਜ਼ਿਆਦਾ ਕੰਟਰੀਆਂ ਤਾਂ ਨਹੀਂ ਘੁੰਮਿਆ, ਨਾਰਥ ਅਮਰੀਕਾ, ਕਨੇਡਾ ਮੇਰੇ ਗਜਰ ਹੈਗੇ ਆ, ਅਤੇ ਬਾਕੀ ਆਪਣਾ ਪੰਜਾਬ ਦੇ ਵਿੱਚ 1965 ਦਾ ਹੀ ਮੇਰੀ ਪਹਿਲੀ ਪਰਫਾਰਮੈਂਸ ਸੀ ਚੰਡੀਗੜ੍ਹ ਦੇ ਵਿੱਚ। 1968 'ਚ ਸਾਡਾ ਹੀਰ ਰਾਂਝਾ ਹੋਇਆ ਸੀ, ਹੀਰ ਰਾਂਝੇ ਦੀ ਪਿਕਚਰ ਬਣੀ ਸੀ ਰਾਜਕੁਮਾਰ ਦੀ, ਅਤੇ ਉਸ ਤੋਂ ਬਾਅਦ 71 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੇਂਟ ਜੋਨ ਨਿਊ ਪਬਲਿਕ ਸਕੂਲ ਤੋਂ ਨਿਕਲਦੇ ਹੀ ਮੈਂ ਇਹਦਾ ਕੋਚ ਲੱਗ ਗਿਆ ਸੀ। 71 'ਚ ਅਸੀਂ ਪਹਿਲੀ ਵਾਰ ਕੁੱਲੂ ਦੁਸਹਿਰਾ ਫੈਸਟੀਵਲ, 71 'ਚ ਅਸੀਂ ਰਿਪਬਲਿਕ ਡੇ ਦਿੱਲੀ ਗਏ, ਪਰ ਉਸ ਤੋਂ ਸਫ਼ਰ ਚੱਲਦਾ ਚੱਲਦਾ ਚੱਲ ਹੀ ਗਿਆ। ਕਿਹੜੀ ਉਮਰ 'ਚ ਭੰਗੜਾ ਪਾਉਣਾ ਸਟਾਰਟ ਕਰਤਾ ਸੀ ਤੁਸੀਂ ਨੇ, ਕਦੋਂ ਲੱਗ ਗਏ ਸੀ ਭੰਗੜਾ ਪਾਉਣਾ, ਛੋਟੀ ਉਮਰ 'ਚ? ਇੱਦਾਂ ਮੈਂ ਜਦੋਂ 3.5 ਸਾਲ ਦਾ ਸੀ, ਆਪਣੇ ਪਾਪਾ ਜੀ ਦੇ ਬਿਲਕੁਲ ਨੰਗਾ, ਕੋਈ ਲੋਹੜੀ ਦਾ ਫੰਕਸ਼ਨ ਸੀ ਪਟਿਆਲੇ, ਉਹ ਮੈਂ ਕੀਤਾ, ਉਹਨਾਂ ਨੇ ਬੂੰਦੀ ਦਾ ਪ੍ਰਸ਼ਾਦ ਦਿੱਤਾ। ਮੇਰੇ ਗੁਆਂਢ 'ਚ ਇੱਕ ਤੁੱਲੀ ਰਾਮ ਰਹਿੰਦਾ ਸੀ, ਉਹਦੇ ਸੀ 9 ਮੁੰਡੇ, ਸਭ ਤੋਂ ਛੋਟਾ ਮੇਰਾ ਕਲਾਸ ਫੈਲੋ ਸੀ, ਉਸ ਤੋਂ ਵੱਡਾ ਕਾਲਜ ਵਿੱਚ ਭੰਗੜਾ ਪਾਉਂਦਾ ਸੀ, ਲੇਕਿਨ ਉਹ ਸਭ ਤੋਂ ਵੱਡਾ ਸੀ ਭਗਵੰਤ ਮਾਨ, ਤੁਸੀਂ ਸੁਣਿਆ ਹੋਣਾ ਜਾਂ ਚੌੜੀ ਛਾਤੀ ਵੀ ਉਹ ਕੀ ਉਹ ਬੰਦਾ ਸੀ। ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਆ ਗਏ, 1960 ਦੇ ਵਿੱਚ ਕਿਰਨ ਸਿਨੇਮੇ ਵਿੱਚ ਪਹਿਲੇ ਭੰਗੜੇ ਦੀ ਸ਼ੁਰੂਆਤ 19 ਸੈਕਟਰ ਪ੍ਰਾਇਮਰੀ ਸਕੂਲ ਵੱਲੋਂ ਹੋਈ, ਅਵਤਾਰ ਤਾਰੀ, ਪ੍ਰੇਮ ਢਿੱਲੋਂ ਸਾਹਿਬ, ਪਰ ਉਸ ਤੋਂ ਬਾਅਦ ਚੱਲ ਸੋਟਾ। ਤੁਸੀਂ ਨੇ ਭੰਗੜਾ ਪਾਇਆ, ਤੁਹਾਡੇ ਨਾਲ ਭੰਗੜਾ ਫਿਰ ਕੌਣ ਕੌਣ ਪਾਉਂਦੇ ਸੀ ਉਸ ਟਾਈਮ? ਦੱਸਿਆ ਅਵਤਾਰ ਰਾਣਾ, ਪ੍ਰੇਮਪੁਰੀ, ਢਿੱਲੋਂ ਸਾਹਿਬ, ਕਿਰਪਾਲ, ਬਲਕਾਰ, ਬਹੁਤ ਵੱਡੀਆਂ ਸਾਰੇ ਅਸੀਂ 19 ਸੈਕਟਰ ਸਕੂਲ ਦੇ ਟੀਮ ਦੇ ਸੀ। 19 ਸੈਕਟਰ 23 ਸੈਕਟਰ ਦੀਆਂ ਦੋ ਭੰਗੜੇ ਦੀਆਂ ਮੰਨੀਆਂ ਹੋਈਆਂ ਟੀਮਾਂ ਸੀ, ਜਿਹਦੇ ਉਸਤਾਦ ਸੀ ਸਾਡੇ ਭਾਜੀ ਲਾਭ ਗਰੀਬਦਾਸ ਜੀ। ਅਸੀਂ 19 ਸੈਕਟਰ ਅਤੇ 23 ਸੈਕਟਰ ਦੇ ਸਕੂਲ ਵਾਲਿਆਂ ਨੇ ਐਡਮਿਸ਼ਨ ਲੈ ਲਈ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ, ਜਿੱਥੇ ਕਿ ਅਸੀਂ BA ਪਾਰਟ 1 'ਚ 8 ਸਾਲ ਆਏ, ਭੰਗੜੇ ਨੂੰ ਅਸੀਂ ਬਣਾ ਦਿੱਤਾ। ਜੋ ਭੰਗੜਾ ਅਸੀਂ ਬਣਾਇਆ ਗਰੀਬਦਾਸ ਜੀ ਤਾਲਾਂ 'ਤੇ, ਉਹ ਹੁਣ ਤੱਕ ਚੱਲ ਰਿਹਾ। ਜਿੱਥੇ ਹੁਣ ਭੰਗੜਾ ਨਹੀਂ ਪਾਇਆ ਜਾਂਦਾ ਸੀਗਾ ਮੋਹਾਲੀ ਚੰਡੀਗੜ੍ਹ ਦੇ ਵਿੱਚ, ਲੋਕ ਕੋਈ ਜਾਣਦਾ ਨਹੀਂ ਸੀ ਭੰਗੜੇ ਬਾਰੇ, ਨਾ ਭੰਗੜਾ ਵੀ ਕੋਈ ਆਪਣਾ ਡਾਂਸ ਹੈਗਾ, ਜੋ ਸ਼ਹਿਰੀ ਨੇ ਭੰਗੜਾ ਨਹੀਂ ਪਾਉਂਦੇ, ਹੈ ਨਾ? ਤੁਸੀਂ ਉਹਨਾਂ ਨੂੰ ਵੀ ਭੰਗੜਾ ਸਿਖਾਇਆ, ਸਿਟੀ ਪਾਰਕ ਦੇ ਵਿੱਚ ਸਿਖਾਉਂਦੇ ਰਹੇ ਹੋ, ਤੁਸੀਂ ਫ੍ਰੀ ਵਰਕਸ਼ਾਪ ਲਗਾਉਂਦੇ ਹੋ, ਫਿਰ ਇਹ ਕਿੱਦਾਂ ਮਨ ਦੇ ਵਿੱਚ ਆਈ ਗੱਲਬਾਤ ਵੀ ਇੱਦਾਂ ਸ਼ੁਰੂਆਤ ਕਰਨੀ, ਸੇਵਾ ਕਰਨੀ ਚਾਹੀਦੀ ਹੈ ਜਵਾਕਾਂ ਨੂੰ, ਸਿਖਾਉਣਾ ਚਾਹੀਦਾ, ਜਿਹੜੇ ਵੀ ਝੁੰਗੀਆਂ ਚੌਪੜੀਆਂ ਨੇ ਵਿਚਾਰੇ ਗਰੀਬ ਨੇ, ਉਹਨਾਂ ਵੀ ਸਿਖਾਉਂਦੇ ਤੁਸੀਂ? ਬਹੁਤ ਵਧੀਆ ਤੁਹਾਡਾ ਉਪਰਾਲਾ। ਜਿਹੜਾ ਕਲਾਕਾਰ ਹੁੰਦਾ ਉਹਦਾ ਪੈਸਾ ਮਕਸਦ ਨਹੀਂ ਹੁੰਦਾ, ਹਾਂ ਪੈਸਾ ਜ਼ਰੂਰਤ ਵੀ ਹੈ, ਪੈਸੇ ਬਿਨਾਂ ਗੱਲ ਨਹੀਂ ਬਣਦੀ, ਲੇਕਿਨ ਸਾਡਾ ਸੰਯੋਗ ਗਿਆ ਹੋਇਆ, ਸਾਨੂੰ ਕਲਾਕਾਰ ਮਿਲਦੇ ਰਹੇ, ਅਤੇ 8 ਸਾਲ ਤੋਂ ਸਲੰਮ ਦੇ ਬੱਚੇ, ਸਪੈਸ਼ਲ ਬੱਚੇ, ਸੀਨੀਅਰ ਸਿਟੀਜ਼ਨ, ਅਸੀਂ ਟੈਗੋਰ ਥੀਏਟਰ ਭੰਗੜਾ ਉਸ ਤੋਂ ਹੀ ਬਣਾਇਆ, ਭੰਗੜੇ ਦੇ ਲੀਜੈਂਡ, ਕਿਉਂਕਿ ਸਾਡੀ 1971 ਤੋਂ ਲੈ ਕੇ 87 ਤੱਕ ਇੱਕੋ ਹੀ ਪੰਜਾਬ ਦੀ ਟੀਮ ਸੀ ਭੰਗੜਾ, ਜਿਹਦੇ ਸਾਨੂੰ ਲੀਡਰ ਸਨ ਮਾਸਟਰ ਭਜਨ, ਇਹ ਸਭ ਕੁਛ ਸਾਡੇ ਉਸਤਾਦਾਂ ਦੇ ਉਸਤਾਦ ਸਰਦਾਰ ਭਾਗ ਸਿੰਘ, ਡਿਪਟੀ ਡਾਇਰੈਕਟਰ ਪਾਪੂਲੇਸ਼ਨ ਡਿਪਾਰਟਮੈਂਟ ਦੀ ਹੇਠ ਰੇਖ ਹੋਇਆ। ਤੁਸੀਂ ਕਾਫੀ ਮਜ਼ਾਕ ਹੋ ਜੀ ਭੰਗੜਾ ਦੇ ਵਿੱਚ ਵਿੱਚ, ਜਵਾਕਾਂ ਨੂੰ ਘੂਰ ਵੀ ਦਿੰਦੇ ਹੋ, ਫਿਰ ਬਾਅਦ ਚੋਂ ਉਹਨਾਂ ਨਾਲ ਮਜ਼ਾਕ ਵੀ ਕਰਦੇ ਹੋ, ਫਿਰ ਤੁਹਾਡੀ ਘੂਰ ਇੱਦਾਂ ਦੀ ਹੈ ਜਿਵੇਂ ਵੀ ਜਿਵੇਂ ਮਜ਼ਾਕ ਵੀ ਕਰਦੇ ਹੋ ਨਾਲ ਨਾਲ ਭੰਗੜੇ ਦੇ ਨਾਲ ਨਾਲ ਜਵਾਕਾਂ ਨਾਲ, ਤੁਸੀਂ ਵੀ ਖੁਸ਼ ਰਹਿਣ?
नहीं है, एक भंगड़े वाला बंदा कदे चुप करके नहीं बैठेगा, जिथे भी जाएगा कोई नहीं पंगा लड़ेगा आप लड़ेगा। तो भंगड़े वाले का जो मतलब है भी उसनों सारा कला सपोर्ट वो भंगड़े वाला होगा। हुण तक तुसीं किन्ने के बच्चे नूं सिखा चुके हो भंगड़ा जी चंडीगढ़ दे विच? उस तों इलावा जो होर चंडीगढ़ दे विच सेंट जॉन, सेंट कबीर, सेक्रेड हार्ट, 19 मॉडल, 16 मॉडल, 40-50 दा स्कूल होने आ, कॉलेज कोई छड्डिया नहीं, ऐसी कोई गिनती नहीं। मेरे खिलाफ 60-70 हज़ार तो उत्ती हूँ मेरे नाल दे हूँ कि कोच बन रहे हैं, अकैडमियाँ खोली फिरते हैं। हम भंगड़ा तुसी इत्थे करवा रहे हो कलाग्राम जी सरकार वालों जी? ए सरकार दे 4 जून बने सी 1987 विच, यह दिन है साढ़े प्राइम मिनिस्टर राजीव गांधी जी, यह 4 जून ने जिन्हें भी कलाकार हैगे है यह उन्हां दी मां है। नार जोल कल्चर सेंटर साडा सब तो अंबीर विरसा है, तो सानू खुशी है इतने असी भंगड़े गिद्धे की वर्कशॉप ला के असू बहुत स्वाद आ रहा। थोड़े फिर थोड़े तो बोलियां भी काफ़ी ज्यादा होना भंगड़े दियाँ, कोई बोली सानू सुना सकते हो? बोली सुनाऊंगा सिर्फ गल करूंगा क्योंकि मेरा हालांकि गला ठीक नहीं। हो सुनाओ गलबात फिर तुम इस तो अलावा होर की करते हो? मैं कोई 36 साल नौकरी की, नौकरी कहदी की, लेकिन 20 साल मेरे जिंदगी दे सेंट स्टीफन जिन्हां दे प्रिंसीपल सर कार्वर हॉल साडे उस्ताद, उस्तादां दे उस्ताद, इक्को ही इंटरनेशनल जिन्हों मास्टर जी कह के बनाया जाता है, उन्हां दा सी नाम मास्टर सोहन लाल। असी इंग्लैंड गए 2000 च मिस पूजा डॉक्टर ममता जोशी, सुनंदा शर्मा, ए तिन्ने साढ़े नाल सी, असी उत्थे जित के आए। जितने तो बाद एम बी वैली सहारा वालियां दे असी उत्थे ओपनिंग सैरामनी ते गए। इंग्लैंड हिंदुस्तान का मैच होया क्रिकेट स्टेडियम मोहाली दे विच, साढ़े 100 कलाकारां ने उत्थे भंगड़ा पाया। मैं गल की एक सेंट स्टीफन स्कूल है जहा उत्थे साड़ी 15-20 सालां दी मेहनत अज उही रंग लिया रही है थी कि हुण भी असी 70 दे लागे हो गए हैं। लेकिन इसका सब तो ज़्यादा मेरा साथ रहा बूटी राम जी, गरीबदास जी, देवराज, माली राम, लेकिन सब तो जरा मेरा साथ रहा वो सी साढ़े मास्टर सोहन लाल जी। उन्होंने मुंडा फकीर चंद कश्मीरा राजू वो हूँ भी पिछले 8 सालों तो साढ़े नाल। तो आप गलबात करिए भंगड़ा हूँ गाने भी आते हैं वो भंगड़ा हूँ घट्टे दिखता है, जो अर्बन कल्चर पछमी सभ्यता वो ज़्यादा भारू हो रही है, जी वीडियो भी आते हैं गन्नाले गाने चलते हैं अजकल, भंगड़ा तुम्हें लगता नहीं लोग गाने के बीच भी? नहीं, भंगड़ा अज पहला पंजाब 5 देशों की धरती कमाता से, हूँ इस वक्त 100 तो वध देशों के भंगड़ा पैंता। भंगड़ा कौंसल, वर्ल्ड भंगड़ा कौंसल, जिहड़ियां 133 कंट्रियां हैं जिहदा मैं प्रेजिडेंट हैगा। भंगड़े की गल इदा हो गई जदों का कैस्टर कल्चर प्रदान होया, ढोल नूं साजां नूं अलोप हो रहे हैं, उन्हां नाल फर्क पिया, लेकिन फर्क पैण वाला नहीं। हाँ, जे साडी गौरमेंट दे सभ्याचार साडे साजां नूं मुड़ सुरजीत करे उस लिया से असीं फिर लग गया। ਤੁਹਾਨੂੰ ਲੱਗਦਾ ਵੀ ਸਰਕਾਰ ਨੇ ਪਹਿਲਾਂ ਨਾਲੋਂ ਭੰਗੜੇ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਨਾਲੋਂ? ਚੰਡੀਗੜ੍ਹ ਦੇ ਵਿੱਚ ਲੱਗਦੇ ਸੀ ਵਰਕਸ਼ਾਪ ਇੱਦਾਂ ਦੀਆਂ? ਨਹੀਂ, ਇੱਦਾਂ ਹੈਗਾ ਵੀ ਭੰਗੜੇ ਦਾ ਮੈਨੂੰ 26 ਜਨਵਰੀ ਅਤੇ 5-6 ਜਨਵਰੀ 1981 ਤੱਕ 87 ਤੱਕ ਹਿੰਦੁਸਤਾਨ ਦੇ ਲੋਕ ਨਾਚ ਜਾਂਦੇ ਸੀ ਅਤੇ ਭੰਗੜਾ ਹਮੇਸ਼ਾ ਹੀ ਫਸਟ ਆਉਂਦਾ ਸੀ। 87 ਤੋਂ ਬਾਅਦ ਦਿੱਲੀ ਵਿੱਚ 26 ਜਨਵਰੀ 'ਤੇ ਡਾਂਸਾਂ ਦੀ ਐਂਟਰੀ ਬੰਦ ਕਰਤੀ, ਉਹ ਇੱਕ ਬਹੁਤ ਮੰਦਭਾਗੀ ਘਟਨਾ। ਤੁਹਾਨੂੰ ਕੀ ਲੱਗਦਾ ਸਰਕਾਰ ਨੂੰ ਕੀ ਉਪਰਾਲਾ ਕਰਨਾ ਚਾਹੀਦਾ ਭੰਗੜੇ ਨੂੰ ਆਪਣੇ ਸੱਭਿਆਚਾਰ ਨੂੰ ਚੱਕਣ ਲਈ? ਕੋਈ ਸਰਕਾਰ ਜਿਹੜੀ ਹੈਗੀ ਹੈ ਉਪਰਾਲੇ ਤਾਂ ਆਪ ਕਰਨੇ ਪੈਂਦੇ ਆ, ਲੇਕਿਨ ਸਾਨੂੰ ਚੰਡੀਗੜ੍ਹ ਜਿਹੜਾ ਹੈਗਾ ਇਹ ਭੰਗੜੇ ਨੂੰ ਉੱਚੇ ਚੱਕਣ 'ਚ, ਕਿਉਂਕਿ ਚੰਡੀਗੜ੍ਹ ਕਲਾਕਾਰਾਂ ਦੀ ਮੰਡੀ ਹੈ। ਇਹਦੀ ਦੇਣ ਸਾਡੀ ਚੰਡੀਗੜ੍ਹ ਦੇ ਪਹਿਲੇ ਕਮਿਸ਼ਨਰ ਸਰਦਾਰ ਮਹਿੰਦਰ ਸਿੰਘ ਰੰਧਾਵਾ,
ਰੋਜ਼ ਗਾਰਡਨ, ਕਲਾ ਭਵਨ, ਝੀਲ, ਚੰਡੀਗੜ੍ਹ ਦੇ ਜਿੰਨੇ ਬੂਟੇ ਲੱਗੇ ਆ, ਦਵਾਈ ਦੇ ਬੂਟੇ ਆ, ਇਹ ਉਹਨਾਂ ਦੀ ਦੇਣ ਹੈ। ਉਹਨਾਂ ਦੇ ਚੇਲੇ ਸਨ ਗੁਰੂ ਭਾਗ ਸਿੰਘ, ਉਹ ਅੰਬਾਲੇ ਯੂਥ ਫੈਸਟੀਵਲ ਦੇ ਚੀਫ ਗੈਸਟ ਲੈ ਗਏ, ਉੱਥੇ ਉਹਨਾਂ ਦਾ ਡਰਾਮਾ ਪਸੰਦ ਆ ਗਿਆ। 1952 'ਚ ਸਰਦਾਰ ਭਾਗ ਸਿੰਘ ਨੂੰ ਪਬਲੀਕੇਸ਼ਨ ਡਿਪਾਰਟਮੈਂਟ 'ਚ ਡਰਾਮਾ ਇੰਸਪੈਕਟਰ ਲਾ ਤਾ। 53-26 ਜਨਵਰੀ 'ਤੇ ਭੰਗੜੇ ਦੀ ਮਨੋਹਰ ਦੀਪਕ ਦੀ ਐਂਟਰੀ ਦੇ ਨਾਲ 26 ਜਨਵਰੀ 'ਤੇ ਭੰਗੜਾ ਐਂਟਰ ਕਰ ਗਿਆ। 26 ਜਨਵਰੀ 'ਤੇ ਜਦੋਂ ਉੱਥੇ ਫਸਟ ਆ ਗਿਆ, ਸਾਰੇ ਪਾਸੇ ਭੰਗੜੇ ਦੀ ਧੁੰਮਾਂ ਪੈਣ ਲੱਗ ਗਈ। ਅਤੇ ਗੱਲਬਾਤ ਕਰੀਏ, ਹੁਣ ਆਪਾਂ ਗੱਲਬਾਤ ਮੁਕਾਉਂਦੇ ਹਾਂ, ਅੱਗੇ ਚੱਲਦੇ ਹਾਂ। ਤੁਹਾਨੂੰ ਲੱਗਦਾ ਵੀ ਪਹਿਲਾਂ ਜਾਂ ਚੰਡੋ ਤੁਸੀਂ ਭੰਗੜਾ ਨਹੀਂ ਸਿਖਾਉਂਦੇ ਸੀਗੇ ਚੰਡੀਗੜ੍ਹ, ਕਦੋਂ ਲੱਗੇ ਹੋ ਸਿਖਾਉਣ ਉਰੇ ਇੱਥੇ ਮੋਹਾਲੀ ਚੰਡੀਗੜ੍ਹ 'ਚ? ਮੋਹਾਲੀ ਚੰਡੀਗੜ੍ਹ 'ਚ ਮੇਰੀ ਪਹਿਲੀ ਜਿਹੜੀ ਟੀਮ ਸੀਗੀ ਸਕੂਲ ਦੇ ਵਿੱਚ ਸ਼ੁਰੂ ਹੋ ਗਈ ਸੀ। 1969 'ਚ ਮੈਂ ਸਕੂਲੋਂ ਜਿੱਤਿਆ ਵੀ ਸੀ। ਹੁਣ ਤਾਂ ਚੰਡੀਗੜ੍ਹ ਦੇ ਵਿੱਚ ਬਹੁਤ ਕੋਚ ਹੋ ਗਏ ਆ, ਬੜਾ ਉੱਤੇ ਜਾ ਰਿਹਾ ਭੰਗੜਾ, ਬੜੀ ਮਿਹਨਤ ਕਰਦੇ ਅੱਜ ਕੱਲ੍ਹ ਦੇ ਕੋਚ। ਹਾਂ, ਇਸ ਭੰਗੜੇ ਦੇ ਟੋਟੇ ਟੋਟੇ ਕਰਤੇ, ਜਿੱਦਾਂ ਥੀਮ ਕਮੈਂਟਰੀ, ਇੰਡੀਵਿਜੁਅਲ ਐਕਸ਼ਨ, ਹਾਰਵੈਸਟ, ਇਹ ਸਾਰਿਆਂ ਨੂੰ ਅਲੱਗ ਕਰਤਾ, ਭੰਗੜਾ ਨੁੱਚੜ ਕੇ ਰਹਿ ਗਿਆ। ਇਹ ਚੀਜ਼ ਜਿਹੜੀ ਹੈਗੀ ਆ ਸਾਨੂੰ ਚੰਗੀ ਨਹੀਂ ਲੱਗਦੀ। ਸਾਡੇ ਦਰਸ਼ਕਾਂ ਨੂੰ ਜਿਹੜੇ ਭੰਗੜੇ ਬਾਰੇ ਨਹੀਂ ਜਾਣਦੇ, ਨੌਲੇਜ ਨਹੀਂ ਰੱਖਦੇ ਭੰਗੜੇ ਦੀ, ਅਤੇ ਭੰਗੜੇ ਦੇ ਤੁਹਾਨੂੰ ਦੱਸ ਦਿਓ ਕੀ ਕਿਸਮਾਂ ਆਉਂਦੀਆਂ ਨੇ, ਕਿਹੜੇ ਭੰਗੜੇ ਵਿੱਚ ਕਿਹੜੀਆਂ ਕਿਹੜੀਆਂ ਕਿਸਮਾਂ ਆਉਂਦੀਆਂ ਨੇ? ਭੰਗੜੇ ਦੀ ਕਿਸਮਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਵੇਰ ਤੱਕ, ਕਿਉਂਕਿ ਇੰਨੇ ਡਾਂਸ ਹੈ ਲੋਕ, ਉਹ ਅੱਧੇ ਦਾ ਸਾਡੇ ਅੱਧੇ ਨਾਲੋਂ ਜ਼ਿਆਦਾ ਪਾਕਿਸਤਾਨੀ ਰਹਿ ਗਏ ਹੈ। ਲੇਕਿਨ ਸਿਰਫ ਇੱਕ ਗੱਲ ਮੈਂ ਕਹਾਂਗਾ, ਜਿਹੜਾ ਬੰਦਾ ਭੰਗੜਾ ਪਾਉਂਦਾ, ਨਾ ਤਾਂ ਉਹਨੂੰ ਕੋਈ ਦਵਾਈ ਦੀ ਲੋੜ ਹੈ, ਨਾ ਮੋਟਾਪੇ ਦੀ ਲੋੜ ਹੈ, ਕਿਉਂਕਿ ਜਿੱਦਾਂ ਹੀ ਸ੍ਰਿਸ਼ਟੀ ਬਣੀ ਸੀ, ਸਭ ਤੋਂ ਪਹਿਲਾਂ ਸ਼ਿਵ ਜੀ ਨੇ ਪੈਰ ਧਰਿਆ ਭੰਗੜਾ, ਭੰਗ ਪਿਘੜਾ ਨਾ, ਭੰਗੜਾ ਉਤਪਨ ਹੋ ਗਿਆ ਸੀ। ਹੁਣ ਭੰਗੜਾ ਜਿਹੜਾ ਪਾਊਗਾ ਦਾਵਾ, ਉਹ ਕਦੇ ਬਿਮਾਰ ਨਹੀਂ ਹੁੰਦਾ। ਉਹਨੇ ਭੰਗੜਾ ਉਹੀ ਪਾ ਸਕਦਾ ਜਿਹੜਾ 16 ਕਲਾ ਸੰਪੂਰਨ। ਅਤੇ ਮੈਂ ਆਪਦੀ ਉਦਾਹਰਨ ਦਿਨ ਰਾਤ 24 ਘੰਟੇ, ਕਿਉਂਕਿ ਭੰਗੜਾ ਅੱਜ ਕੱਲ੍ਹ ਜਿਹੜਾ ਪੈਂਦਾ ਨਾ ਯੂਥ ਫੈਸਟੀਵਲ 'ਚ, ਕਮਾਂਡੋ ਟ੍ਰੇਨਿੰਗ ਆ, ਸਵੇਰੇ 4 ਘੰਟੇ, ਸ਼ਾਮ ਨੂੰ 4 ਘੰਟੇ, 1 ਘੰਟਾ ਫੁੱਟਬਾਲ ਬਾਸਕਟਬਾਲ ਦੀ ਖੇਡ ਲਓ, 15 ਮਿੰਟ ਭੰਗੜਾ ਪਾ ਲਓ, ਉਹਦੇ ਬਰਾਬਰ ਭੰਗੜਾ ਦਾ ਬਹੁਤ ਵਧੀਆ। ਅਤੇ ਕਿਸਮਾਂ ਕਿੰਨੀਆਂ ਨੇ ਭੰਗੜੇ ਜਿਹੜੇ ਮੇਨ ਮੈਂ ਸਾਨੂੰ ਦੱਸ ਸਕਦੇ ਹਾਂ? ਜਿਹੜੇ ਹੈਗੇ ਆ ਭੰਗੜਾ, ਗਿੱਧਾ, ਲੁੱਡੀ, ਸੰਮੀ, ਇਹ ਮੇਨ ਹੈ, ਬਾਕੀ ਤਾਂ ਕਿਸਮ ਦੇ ਅਲੋਪ ਹੀ ਹੋ ਗਏ। ਇਹਦੇ ਵੀ ਜਿਉਂਦਾ ਭੰਗੜੇ ਦੇ ਵਿੱਚ, ਅਤੇ ਅਲਗੋਜ਼ੇ ਕੈਬ ਹੋ ਜਾਂਦੇ ਨੇ, ਕੈਬ ਹੁੰਦੇ ਜਾਂਦੇ ਨੇ, ਉਹ ਵੀ ਕੈਬ ਕਲਚਰ ਹੈ ਅਲਗੋਜ਼ੇ ਵਿੱਚ। ਜਦੋਂ ਦਾ ਪਲਾਸਟਿਕ ਦਾ ਪੂਰਾ ਆ ਗਿਆ, ਇਹ ਕੂੜੇ ਦੀ ਜਿਹੜੀ ਆਵਾਜ਼ ਆ ਜਿੱਦਾਂ ਪੀਪਾ ਖੜਕਦਾ, ਅਸਲੀ ਢੋਲ ਹੈ ਜਿਹਦੇ ਬੱਕਰੇ ਦੀ ਖੱਲ ਲੱਗੀ ਜਾਵੇ, ਕਿਉਂਕਿ ਢੋਲ ਦਾ ਇੱਕ ਪਾਸਾ ਜਨਾਨਾ, ਇੱਕ ਪਾਸਾ ਮਰਦਾਨਾ ਕਵਾਉਂਦਾ, ਜਦੋਂ ਦੋਨੇ ਮਿਲ ਕੇ ਵੱਜਦੇ ਹਨ, ਕਿਆਮਤ ਆ ਜਾਂਦੀ ਮੁੰਡਾ ਕੁੜੀ। ਹੋਰ ਤੁਸੀਂ ਕਿੱਥੇ ਕਿੱਥੇ ਪਰਫੋਰਮ ਕੀਤਾ, ਕਿਸੇ ਕਿਸੇ ਮੂਵੀ ਦੇ ਵਿੱਚ ਵੀ ਤੁਸੀਂ ਭੰਗੜਾ ਪਾਇਆ? ਹਾਂਜੀ, ਮੂਵੀ ਦੇ ਵਿੱਚ ਜਦੋਂ ਪ੍ਰੇਮ ਧਵਨ ਜੀ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਬਹੁਤ ਮੰਨੇ ਹੋਏ ਕਲਾਕਾਰ ਸੀ, ਦੂਰਦਰਸ਼ਨ ਟੀਵੀ ਦੇ ਉੱਤੇ ਵਿਸਾਖੀ ਦੇ ਮੇਲੇ ਪਹਿਲੀ ਵਾਰ ਭੰਗੜੇ ਦੇ ਵਿੱਚ ਕਿੱਦਾਂ ਤਿਆਰ ਹੋਇਆ ਜਾਂਦਾ, ਕਿੱਦਾਂ ਵਰਦੀ ਪਾਈ ਜਾਂਦੀ ਹੈ, ਕਿੱਦਾਂ ਪੱਗ ਬੰਨ੍ਹੀ ਜਾਂਦੀ ਹੈ, ਉਹ ਸਰਦਾਰ ਭਾਗ ਸਿੰਘ ਦੀ ਮਿਹਰਬਾਨੀ ਨਾਲ ਉਹ ਮੇਰੇ 'ਤੇ ਕੇਂਦਰ ਸੀ। ਜਿਹੜਾ ਭੰਗੜਾ ਆਪਣਾ ਕਲਚਰ ਆ ਪੰਜਾਬੀ, ਡੀ ਡੀ ਪੰਜਾਬੀ ਨੇ ਜ਼ਿਆਦਾ ਸਾਂਭ ਕੇ ਰੱਖਿਆ ਹੋਇਆ, ਹੁਣ ਵੀ ਭੰਗੜੇ ਉਹਨਾਂ ਦੇ ਭੰਗੜੇ ਦੇ ਪਰਫੋਰਮੈਂਸ ਆਉਂਦੀਆਂ ਨੇ ਡੀ ਡੀ ਪੰਜਾਬੀ ਦੇ, ਜਿਹੜੇ ਪ੍ਰਾਈਵੇਟ ਚੈਨਲ ਨੇ ਜਿਵੇਂ ਕਿ MH1 ਲਾ ਲਓ ਤੁਸੀਂ, 9X ਲਾ ਲਓ, ਉਹਦੇ ਪਰ ਭੰਗੜਾ ਅਲੋਪ ਹੋ ਜਾਂਦਾ ਹੁੰਦਾ ਜਾਂਦਾ, ਗਾਣੇ ਦੇ ਵੀਡੀਓ ਵੀ ਹੋਰ ਤਰ੍ਹਾਂ ਦੀਆਂ ਬਣਦੀਆਂ ਨੇ, ਭੰਗੜਾ ਦਾ ਅਲੋਪ ਹੈ ਬਿਲਕੁਲ ਗਾਣਾ 'ਚ। ਪਹਿਲਾਂ ਇਹ ਸੀ ਜਦੋਂ ਅਸੀਂ ਭੰਗੜਾ ਪਾਉਂਦੇ ਸੀ, ਜਿਹੜਾ ਸਿੰਗਰ ਸੀ ਪਿੱਛੇ ਸੀ, ਹੁਣ ਸਿੰਗਰ ਅੱਗੇ ਆ ਗਿਆ, ਭੰਗੜੇ ਵਾਲੇ ਥੱਲੇ ਪੀਟੀ ਕਰਦੇ ਨਜ਼ਰ ਆ ਰਹੇ ਆ, ਇਹ ਕੰਮ ਨਹੀਂ ਹੋਣਾ। ਦੂਜੀ ਚੀਜ਼, ਅੱਜ ਕੱਲ੍ਹ ਵਿਆਹਾਂ 'ਤੇ ਜਿਹੜਾ ਭੰਗੜਾ ਪੈਂਦਾ, ਉਹ ਸਾਡਾ ਭੰਗੜਾ ਨਹੀਂ, ਉਹ ਸਾਡੇ ਭੰਗੜੇ ਨੂੰ ਬਦਨਾਮ ਕਰਦੇ ਆ। ਮੈਂ ਦੇਖਿਆ ਲੋਕ ਪਸੰਦ ਨਹੀਂ ਕਰਦੇ, ਫਿਰ ਵੀ ਪਸੰਦ ਕਰਦੇ ਆ। ਹਾਂ, ਪਿੰਡਾਂ ਲਈ ਠੀਕ ਹੈ, ਲੇਕਿਨ ਅੱਜ ਕੱਲ੍ਹ ਦੀ ਜਨਰੇਸ਼ਨ ਉਸ ਭੰਗੜੇ ਨੂੰ ਲੈ ਕੇ ਨਹੀਂ ਆ। ਤੁਹਾਨੂੰ ਲੱਗਦਾ ਨਹੀਂ ਜਿਹੜੇ ਚੰਡੀਗੜ੍ਹ ਦੇ ਜਵਾਬ ਬੱਚੇ ਨੇ, ਜਿਹੜੇ ਚੰਡੀਗੜ੍ਹ ਮੋਹਾਲੀ ਦੇ,
ਉਹਨਾਂ ਵਿੱਚ ਪਿੰਡਾਂ ਵਾਲਾ ਇੰਨਾ ਜੋਸ਼ ਨਹੀਂ ਹੈ ਭੰਗੜਾ ਪਾਉਣ ਦਾ, ਵੀ ਥੋੜ੍ਹਾ ਜਿਹਾ ਜੋਸ਼ ਨਾਲ ਭੰਗੜਾ ਨਹੀਂ ਪਾਉਂਦੇ ਪੰਜਾਬੀਆਂ ਵਾਲਾ? ਜਿਹੜੇ ਤਾਂ 8.5 ਸਾਲਾਂ ਤੋਂ ਪਾ ਰਹੇ ਆ ਉਹ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਗਏ ਆ, ਕੋਈ ਪਿਕਚਰਾਂ 'ਚ, ਕੋਈ ਕੈਨੇਡਾ 'ਚ, ਆਪਣੀ ਅਕੈਡਮੀਆਂ ਖੁੱਲ੍ਹ ਚੁੱਕੇ। ਕਿਉਂਕਿ ਅਸੀਂ ਪਿਛਲੇ 8 ਸਾਲ ਤੋਂ ਸਵੇਰੇ 5 ਵਜੇ ਢੋਲ ਵੱਜ ਜਾਂਦਾ, 100 ਤੋਂ ਉੱਤੇ ਕਲਾਕਾਰ ਹੁੰਦੇ ਸਾਡੇ, ਜਵਾਨ, ਬੁੱਢੇ, ਬੁੱਢੀਆਂ, ਬੱਚੇ, ਸਲੰਮ ਅਤੇ ਸਿਟੀ ਪਾਰਕ ਸੈਕਟਰ 68 ਦੇ ਵਿੱਚ ਸਾਡਾ ਚੱਲ ਰਿਹਾ ਭੰਗੜੇ ਸਿਰ 'ਤੇ। ਤੁਸੀਂ ਕਾਫੀ ਜਗ੍ਹਾ ਘੁੰਮੇ, ਪੂਰੀ ਦੁਨੀਆ ਜਾਣੀ, ਕਾਫੀ ਦੇਸ਼ਾਂ ਵਿੱਚ ਜਾ ਚੁੱਕੇ ਹੋ, ਫਿਰ ਵੀ ਮੈਂ ਪਹਿਲਾਂ ਤੁਹਾਨੂੰ ਕਹਿ ਚੁੱਕਾ ਮੈਂ ਜ਼ਿਆਦਾ ਨਹੀਂ ਫਿਰਿਆ, ਨਾਰਥ ਅਮਰੀਕਾ, ਇੰਗਲੈਂਡ ਮੇਰੇ ਮੇਨ ਹੈਗੇ ਆ, ਬਾਕੀ ਸਭ ਕੁਛ ਅਸੀਂ ਇੰਡੀਆ ਵਿੱਚ ਕਿੱਥੇ ਕਿੱਥੇ ਜਾ ਚੁੱਕੇ ਹਾਂ। ਹਿੰਦੁਸਤਾਨ ਦਾ ਕਿਹੜੇ ਸ਼ਹਿਰ ਨਹੀਂ ਗਏ? ਬੰਬੇ, ਅਸਾਮ, ਅਲਾਹਾਬਾਦ, ਸ਼੍ਰੀਨਗਰ, ਬਹੁਤ ਵੱਡੀ ਲਿਸਟ, ਕਲਕੱਤਾ। ਹੋਰ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਜੀ? ਬਸ ਕੀ ਹੈ, ਤੁਹਾਡਾ ਮੈਨੂੰ ਕੰਮ ਚੰਗਾ ਲੱਗਿਆ, ਤੁਸੀਂ ਸਾਡੇ ਕੋਲੋਂ ਭੰਡ ਦਾ ਰੋਲ ਕੀਤਾ ਹੈਗਾ, ਸਾਡੇ ਨਾਲ ਜੁੜੇ ਹੈਗੇ ਹੋ, ਧੰਨਵਾਦ ਤੁਹਾਡਾ, ਆਪਣੀ ਮੁਲਾਕਾਤ ਹੁੰਦੀ ਰਹੇਗੀ, ਤੁਹਾਨੂੰ ਆਪਣੇ ਕੋਲ ਹੋਰ ਵੀ ਚੰਗੇ ਸਾਡੇ ਜਿਹੜੇ ਹੈਗੇ ਆਪਣਾ ਭੰਗੜਾ ਪਾਉਣ ਵਾਲੇ, ਆਪਾਂ ਤੁਹਾਡੀ ਉਹਨਾਂ ਨਾਲ ਵੀ ਇੰਟਰਵਿਊ ਕਰਾਉਂਗੇ। ਬਹੁਤ ਚੰਗਾ ਲੱਗਿਆ, ਬਹੁਤ ਸੋਹਣਾ ਲੱਗਿਆ ਤੁਹਾਡਾ ਗੱਲ। ਅਤੇ ਹੁਣ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਭੰਗੜਾ ਰਿਲੇਟਡ ਵੀ? ਦਰਸ਼ਕੋ, ਜੇ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਫਿੱਟ ਰੱਖਣਾ, 24 ਘੰਟੇ ਦੇ ਵਿੱਚ 1 ਘੰਟਾ ਆਪਣੇ ਆਪ ਨੂੰ ਜੋੜ ਦਿਓ ਯੋਗਾ, ਮੈਡੀਟੇਸ਼ਨ, ਡਾਂਸ, ਕੋਈ ਵੀ ਚੀਜ਼ ਤੁਸੀਂ ਆਪਣੀ ਆਦਤ ਪਾਲੋਗੇ, ਉਹ ਤੁਹਾਨੂੰ ਇੱਕ ਭੰਗੜਾ ਇੱਕ ਇਹੀ ਜਿਹੀ ਚੀਜ਼ ਹੈਗੀ ਹੈ ਤੁਹਾਨੂੰ ਜ਼ਿੰਦਗੀ 'ਚ ਕਦੇ ਮਾਰ ਨਹੀਂ ਖਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਹਸਾਨ ਪੀਟਰ ਸੋਢੀ ਜੀ, ਅਤੇ ਇਹਨਾਂ ਨੇ ਗੱਲਬਾਤ ਕੀਤੀ, ਸਾਨੂੰ ਬਹੁਤ ਚੰਗਾ ਲੱਗਿਆ, ਇਹਨਾਂ ਨੇ ਆਪਣੇ ਕੀਮਤੀ ਟਾਈਮ 'ਚੋਂ ਸਾਡੇ ਲਈ ਟਾਈਮ ਕੱਢਿਆ, ਇੱਥੇ ਭੰਗੜਾ ਸਿਖਾ ਰਹੇ ਸੀ, ਕੋਚਿੰਗ ਦੇ ਰਹੇ ਸੀ, ਉਸ ਤੋਂ ਬਾਅਦ ਅਸੀਂ ਇਹਨਾਂ ਨੇ ਇੰਟਰਵਿਊ ਕੀਤੀ ਹੈ, ਅਤੇ ਬੱਚਿਆਂ ਨੂੰ ਬਹੁਤ ਸਿਖਾਉਂਦੇ ਨੇ, ਬਹੁਤ ਗਾਈਡ ਕਰਦੇ ਨੇ, ਅਤੇ ਭੰਗੜਾ ਇਹਨਾਂ ਨੇ ਚੰਡੀਗੜ੍ਹ ਤੱਕ ਪਹੁੰਚਾ ਤਾ, ਚੰਡੀਗੜ੍ਹ ਤੋਂ ਫਿਰ ਵਿਦੇਸ਼ਾਂ 'ਚ ਪਹੁੰਚਾ ਤਾ, ਬਹੁਤ ਇਹਨਾਂ ਦੀ ਦੇਣ ਆ ਭੰਗੜੇ ਨੂੰ, ਕਾਫੀ ਟਾਈਮ ਤੋਂ ਲੱਗੇ ਹੋਏ ਨੇ, ਕਾਫੀ ਹੁਣ ਉਮਰ ਹੋ ਗਈ ਆ, ਹਾਲੇ ਵੀ ਭੰਗੜਾ ਸਿਖਾ ਰਹੇ ਨੇ, ਹਰੇ ਵੀ ਪੂਰੇ ਤੰਦਰੁਸਤ ਨੇ, ਪੂਰੇ ਨੌਜਵਾਨ ਨੇ, ਨੌਜਵਾਨ ਵਾਂਗ ਬੜਕਾਂ ਮਾਰਦੇ ਨੇ। ਅਤੇ ਸਨ ਸਾਡੇ ਨਾਲ ਪੀਟਰ ਸੋਢੀ ਜੀ, ਮੈਂ ਮਨਿੰਦਰ ਸਿੰਘ, ਮੇਰੇ ਨਾਲ ਕੈਮਰਾਮੈਨ CM, ਤੁਸੀਂ ਦੇਖ ਰਹੇ ਪੇਂਡੂ TV, ਧੰਨਵਾਦ।